ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਬਸੀ ਪਠਾਣਾ ਦੇ ਬਲਾਕ ਸੰਮਤੀ ਦੇ ਜ਼ੋਨ ਨੰਬਰ 5 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਹਰਜਿੰਦਰ ਕੌਰ ਚੀਮਾ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਆਗੂਆਂ ਵਰਕਰਾਂ ਵੱਲੋਂ ਪਿੰਡ ਡੇਰਾ ਮੀਰ ਮੀਰਾਂ ਅਤੇ ਪਿੰਡ ਖਾਨਪੁਰ ਵਿਖੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਅਤੇ ਪਿੰਡ ਵਾਸੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਜਿੰਦਰ ਕੌਰ ਜੀ ਦੀ ਜਿੱਤ ਯਕੀਨੀ ਦਾ ਵੀ ਭਰੋਸਾ ਦਿਵਾਇਆ ਗਿਆ। ਪੇਸ਼ ਹੈ ਇਹ ਰਿਪੋਰਟ। ਮੈਂ ਪਹਿਲਾਂ ਤਾਂ ਸਰਦਾਰ ਗਮਦੂਰ ਸਿੰਘ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਣੇ ਪਿੰਡ ਆਇਆਂ 'ਤੇ ਬਹੁਤ ਸਤਿਕਾਰ ਦਿੱਤਾ ਅਤੇ ਬਹੁਤ ਭਰਮਾ ਹੰਗਾਰਾ ਦਿੱਤਾ ਅਤੇ ਨਾਲੇ ਇਹਨਾਂ ਨੇ ਬਹੁਤ ਵਿਸ਼ਵਾਸ ਦਵਾਇਆ ਕਿ ਮੈਨੂੰ ਇਸ ਪਿੰਡ ਤੋਂ ਵੱਧ ਤੋਂ ਵੱਧ ਮੇਰੀ ਪਤਨੀ ਨੂੰ ਵੋਟਾਂ ਪਾ ਕੇ ਜਿਤਾਉਣਗੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਜਿਤਾਓ। ਜਿੰਦਰ ਕੌਰ ਦੇ ਹੱਕ 'ਚ ਅੱਜ ਦਲਬਰ ਸਿੰਘ ਭੱਟੀ ਸਾਡੇ ਪਿੰਡ ਆਏ ਹਾਂ। ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਓ। ਜੋ ਇਹਨਾਂ ਨੇ ਕਾਂਗਰਸੀਆਂ ਨੇ ਧੱਕਾ ਕਰਿਆ ਸਾਡੇ ਨਾਲ ਉਹਦਾ ਮੂੰਹ ਤੋੜਵਾਂ ਜਵਾਬ ਦੇਈਏ ਇਹ ਸੀਟ ਜਿਤਾ ਕੇ। ਬਾਕੀ ਅਸੀਂ ਰਵੀ ਜੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਆਪਣੇ ਪਿੰਡ ਤੋਂ ਫੁੱਲ ਵੋਟਾਂ ਪਾ ਕੇ ਜਿਤਾ ਕੇ ਤੋਰਾਂਗੇ। ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਜਿੰਦਰ ਕੌਰ, ਪਤਨੀ ਰਣਜੀਤ ਸਿੰਘ, ਪਿੰਡ ਹਲਾਲਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਿੰਡ ਉਮੀਦਵਾਰ ਹੈ, ਜਿਹਦੇ ਹੱਕ ਵਿੱਚ ਡੇਰਾ ਮੀਰ ਮੀਰਾ, ਹਰਲਾਲਪੁਰਾ, ਮਾਜਰੇ ਅਤੇ ਅੱਜ ਖਾਨਪੁਰ ਡੋਰ ਟੂ ਡੋਰ ਵੋਟਾਂ ਮੰਗ ਰਿਹਾ ਹੈ। ਸਾਨੂੰ ਆਪਣੇ ਪਿੰਡ ਦੇ ਵਾਸੀਆਂ 'ਤੇ ਪੂਰੀ ਉਮੀਦ ਆ। ਹਰ ਵਾਰੀ ਉਹ ਉਮੀਦ ਪੂਰੀ ਕਰਦੇ ਆ, ਹਰ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਂਦੇ ਆ। ਔਰ ਮੇਰੀ ਪੁਰਜ਼ੋਰ ਖਾਨਪੁਰ ਵਾਸੀਆਂ ਨੂੰ ਅਪੀਲ ਆ ਵੀ ਕੰਮ ਵਾਲੇ ਬੰਦੇ ਨੂੰ ਵੋਟਾਂ ਪਾਓ। ਆ ਜਿਹੜੇ ਨਵੇਂ ਹਰ ਸਾਲ 5 ਸਾਲ ਬਾਅਦ ਨਵਾਂ ਬੰਦਾ ਮੇਰੇ ਲੱਗੇ ਖੜਾ ਬੰਦੇ ਲਿਆ ਕੇ ਮੈਂ ਤੁਹਾਡੇ ਨਾਲ ਉਨ੍ਹਾਂ ਚਿਰ ਚੱਲਣਾ ਜਿੰਨਾ ਚਿਰ ਮੈਂ ਜਿਉਂਦਾ। ਇਹਨਾਂ ਨੇ ਤਾਂ 5 ਸਾਲ ਬਾਅਦ ਬਦਲ ਜਾਣਾ, ਇਸ ਕਰਕੇ ਮੇਰੀ ਬੇਨਤੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰੀ ਵੀ ਜਿਤਾਓ। ਤੁਸੀਂ ਵਿਧਾਨ ਸਭਾ 'ਚ ਵੀ ਜਿਤਾਇਆ ਔਰ ਇਸ ਵਾਰੀ ਉਹ ਜਿਹੜੀ ਲੀਡ ਆ ਉਹਨੂੰ 5 ਨਾਲ ਗੁਣਾ ਕਰਕੇ ਵਧਾ ਦਿਓ। ਇਹਨਾਂ ਨੂੰ ਦੱਸ ਦਿਓ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਔਰ ਅਸੀਂ ਫਲਾਣੇ ਬੰਦੇ ਦੇ ਨਾਲ। ਜਿਹੜਾ ਤੁਹਾਡੇ ਕੰਮ ਦਿਨ ਰਾਤ ਆਉਂਦਾ ਉਸ ਬੰਦੇ ਦੇ ਕੰਮ ਨੂੰ ਵੋਟ ਪਾਓ। ਜੇ ਅਸੀਂ ਨਹੀਂ ਕੰਮ ਕਰਦੇ ਸਾਨੂੰ